ਅਜਤਨ ਨੂੰ ਮਿਲਾਨੇ ਆ ਬਠਿੰਡਾ ਦੀ ਬੇਟੀ ਸਾਬਿਆ ਅਗਰਵਾਲ ਦੇ ਨਾਲ ਜਿਸ ਨੂੰ ਪੜ੍ਹਾਈ ਦੇ ਨਾਲ ਨਾਲ ਪੇਂਟਿੰਗ ਦਾ ਐਸਾ ਸ਼ੌਂਕ ਪਿਆ ਕਿ ਉਹ ਪੜ੍ਹਾਈ ਦੇ ਨਾਲ ਨਾਲ ਪੇਂਟਿੰਗ ਕਰਦੇ ਤੁਸੀਂ ਵੇਖ ਸਕਦੇ ਹੋ ਕਿ 올 ਪੇਂਟਿੰਗ ਹੈ ਉਹਨਾਂ ਦੀ ਉਹ ਕਿਤੇ ਨਾ ਕਿਤੇ ਕਾਫੀ ਚਰਚਾ ਦੇ ਵਿੱਚ ਹੈ ਹਰ ਤਰ੍ਹਾਂ ਦੀਆਂ ਤਸਵੀਰਾਂ ਨੇ ਉਹ ਅਕਸਰ ਹੀ ਬਣਾਉਂਦੇ ਨੇ ਤੁਸੀਂ ਤਸਵੀਰਾਂ ਵੇਖ ਸਕਦੇ ਹੋ ਇਹ ਖੁਦ ਆਪਦੀ ਤਸਵੀਰ ਹੈ ਜਿਹੜੀ ਉਹ ਵੀ ਬਣਾਉਂਦੇ ਹੋਏ ਨਜ਼ਰ ਆ ਰਹੇ ਨੇ ਹਾਲਾਂਕਿ ਗ੍ਰੈਜੂਏਸ਼ਨ ਕੰਪਲੀਟ ਕੀਤੀ ਹੈ ਪਰ ਨਾਲ ਨਾਲ ਪੜ੍ਹਾਈ ਦੇ ਪੇਂਟਿੰਗ ਦਾ ਆਰਟ ਦਾ ਐਸਾ ਸ਼ੌਂਕ ਚੜਿਆ ਕਿ ਲਗਾਤਾਰ ਆਪਦੇ ਜਜ਼ਬੇ ਤੇ ਜਨੂਨ ਦੇ ਨਾਲ ਇਸ ਤਰ੍ਹਾਂ ਦੀਆਂ ਤਸਵੀਰਾਂ ਵਾਹ ਰਹੇ ਨੇ ਔਰ ਇਹਨਾਂ ਤਸਵੀਰਾਂ ਦੀ ਚਰਚਾ ਹੈ ਜਿਹੜੀ ਉਹ ਬਿਲਕੁਲ ਦੇਸ਼ਾਂ ਵਿਦੇਸ਼ਾਂ 'ਚ ਵੀ ਹੋ ਰਹੀ ਔਰ ਇਸ ਤਰ੍ਹਾਂ ਦੀ ਆਰਟ ਦਾ ਕੰਮ ਹੈ ਜਿਹੜਾ ਉਹ ਵਿਦੇਸ਼ਾਂ ਦੇ ਵਿੱਚ ਵੀ ਇਹਨਾਂ ਦੀਆਂ ਫੋਟੋਜ਼ ਨੇ ਇਹਨਾਂ ਦੀਆਂ ਆਰਟ ਦੀਆਂ ਕਲਾਕ੍ਰਿਤੀਆਂ ਨੇ ਉਹ ਕਿਤੇ ਨਾ ਕਿਤੇ ਬਾਹਰ ਵੀ ਭੇਜੀਆਂ ਜਾਂਦੀਆਂ ਨੇ ਗੱਲ ਆਪਾਂ ਸਾਭਿਆ ਦੇ ਨਾਲ ਕਰਦੇ ਹਾਂ ਹਾਂਜੀ ਗੁੱਡ ਮਾਰਨਿੰਗ ਜੀ ਪਹਿਲਾਂ ਸਵਾਗਤ ਤੁਹਾਡਾ ਨਿਊਜ਼ 18 ਪੰਜਾਬ ਤੇ ਬਹੁਤ-ਬਹੁਤ ਥੈਂਕ ਯੂ ਸੋ ਮੱਚ ਹਾਂਜੀ ਕਿਸ ਤਰ੍ਹਾਂ ਸ਼ੌਕ ਪਿਆ ਹੈ ਨਾਲ-ਨਾਲ ਸਟੱਡੀ ਤੇ ਨਾਲ-ਨਾਲ ਆਰਟ ਦਾ ਇਹ ਮੈਨੂੰ ਬਚਪਨ ਤੋਂ ਹੀ ਆਰਟ ਦਾ ਸ਼ੌਂਕ ਸੀਗਾ ਤੇ ਅਸ ਤੋਂ ਬਾਅਦ ਫਿਰ ਗ੍ਰੈਜੂਏਸ਼ਨ ਕਰਨ ਤੋਂ ਬਾਅਦ ਫਿਰ ਮੈਂ ਡਿਸਾਈਡ ਕੀਤਾ ਕਿ ਮੈਨੂੰ ਆਪਣਾ ਪੈਸ਼ਨ ਫੋਲੋ ਕਰਨਾ ਚਾਹੀਦਾ ਹੈਗਾ ਹਾਂ ਹਾਂਜੀ ਕੁਝ ਐਵੇਂ ਦੀ ਕੁਝ ਮਾਨਸਿਕ ਪ੍ਰੋਬਲਮਾਂ ਹੋ ਗਈਆਂ ਸੀ ਜਿਸ ਕਰਕੇ ਮੈਨੂੰ ਕ੍ਰੀਏਟੀਵਿਟੀ ਦਾ ਸਾਰਾ ਲੈਣਾ ਪਿਆ ਜੋ ਮੇਰੀ ਆਰਟ ਨੇ ਬਹੁਤ ਜ਼ਿਆਦਾ ਹੈਲਪ ਕੀਤੀ ਹੈ ਇਹਦੇ ਵਿੱਚ ਹਾਂਜੀ ਇਹ ਆਰਟ ਸੀ ਦਿਮਾਗ ਵਿੱਚ ਕਿਸ ਤਰ੍ਹਾਂ ਥਾਟਸ ਚੱਲਦੇ ਨੇ ਜਿੰਨਾ ਥਾਟਸ ਨੂੰ ਤੁਸੀਂ ਤਸਵੀਰ ਦਾ ਦਿਨੇਓ ਤਸਵੀਰ ਬਣਾਉਂਦੇ ਹੋ ਉਹਨਾਂ ਦੀ ਸਰ ਜਿਵੇਂ ਕੁਝ ਵੀ ਜਿਵੇਂ ਆਪਾਂ ਆਨੇ ਜਾਣਦੇ ਆ ਲੋਕਾਂ ਨੂੰ ਦੇਖਦੇ ਆ ਕੈਰੇਕਟਰਸ ਦੇਖਦੇ ਆ ਕੁਝ ਵੀ ਕਰੈਕਟਰਸ ਉਠਾ ਕੇ ਜਿਵੇਂ ਸਕਰੋਲਿੰਗ ਕਰਦੇ ਆ ਪਿਕਚਰਸ ਦੇਖਦੇ ਆ ਕੁਝ ਵੀ ਜੋ ਮਨ ਵਿੱਚ ਆਂਦਾ ਬਸ ਉਹ ਬਣਾ ਦਿੰਨੇ ਆ ਕੁਝ ਇਮੇਜਿਨੇਸ਼ਨ ਕਰਨ ਦੀ ਕੋਸ਼ਿਸ਼ ਕਰਦੇ ਆ ਹਾਂ ਹਾਂਜੀ ਉਮਰ ਤੁਹਾਡੀ ਬਹੁਤ ਛੋਟੀ ਹੈ ਤਸਵੀਰਾਂ ਬੜੀਆਂ ਵੱਡੀਆਂ 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 ਸੁੰਦਰ ਬਣਾਈਆਂ ਨੇ ਮਨ 'ਚ ਖਿਆਲ ਕਿਵੇਂ ਆ ਕਿ ਇਸ ਪਾਸੇ ਹੀ ਤਾਂ ਜਿਆਦਾ એનર્ਜੀ ਵੇਸ ਕੀਤੀ ਜਾਵੇ ਸਟੱਡੀ ਦੇ ਨਾਲ ਨਾਲ ਤੁਸੀਂ ਇਹਨੂੰ ਸ਼ੌਂਕ ਨੂੰ ਪ੍ਰੋਫੈਸ਼ਨ ਵਜੋਂ ਬਣਾ ਲਿਆ ਹਾਂਜੀ ਮੈਂ ਹੁਣ ਆਪਣੇ ਪੈਸ਼ਨ ਨੂੰ ਹੀ ਪ੍ਰੋਫੈਸ਼ਨ ਬਣਾ ਲਿਆ ਜਿਵੇਂ ਮੈਂ ਤੁਹਾਨੂੰ ਦੱਸਿਆ ਵੀ ਆਫਟਰ ਗ੍ਰੈਜੂਏਸ਼ਨ ਕਰਨ ਤੋਂ ਬਾਅਦ ਵੀ ਮੈਂ ਮੈਂ ਸੋਚਿਆ ਕਿ ਮੈਨੂੰ ਵੀ ਆਪਣਾ ਪੈਸ਼ਨ ਫੋਲੋ ਕਰਨਾ ਚਾਹੀਦਾ ਹੈ ਮੇਰੀ ਅਰਨਿੰਗ ਵੀ ਠੀਕ ਠਾਕ ਹੋ ਰਹੀ ਸੀ ਉਸ ਟਾਈਮ ਫਿਰ ਮੈਨੂੰ ਵੀ ਇਹਦੇ ਵਿੱਚ ਜੇ ਮੈਂ ਸੀਰੀਅਸ ਹੋ ਕੇ ਵੀ ਮੈਂ ਚਲੀ ਜਾਣੀ ਹੈ ਇਹਦੇ ਵਿੱਚ ਹੀ ਹਾਂਜੀ ਇਹ ਸ਼ੌਕ ਵੀ ਸਸਤਾ ਨਹੀਂ ਹੈ ਪੇਂਟ ਕਾਫੀ ਮਹਿੰਗਾ ਆਇਲ ਕਾਫੀ ਆਇਲ ਪੇਂਟ ਕਾਫੀ ਮਹਿੰਗਾ ਦੱਸਦੇ ਹੈ ਫਿਰ ਕਿਵੇਂ ਮੈਨੇਜ ਕਰਦਾਂ ਘਰੇ ਕਿਵੇਂ ਕਰਦਾਂ ਸਿਰ ਇਹ ਪਹਿਲਾ ਤਾਂ ਮੇਰੇ ਲਈ ਬਹੁਤ ਜ਼ਿਆਦਾ ਮੁਸ਼ਕਿਲ ਸੀਗਾ ਮੈਂ ਖੁਦ ਦੇ ਪੈਸੇ ਜੋੜ ਵਗੈਰਾ ਕਰਕੇ ਕਿ ਮੈਂ ਆਪਣੇ ਕਲਰਸ ਲੈ ਕੇ ਆਂਦੀ ਹੁੰਦੀ ਸੀ ਕਿਉਂਕਿ ਪੇਰੈਂਟਸ ਨੂੰ ਵੀ ਪਹਿਲਾਂ ਸਾਬਿਤ ਕਰਨਾ ਪੈਂਦਾ ਨਾ ਆਪਾਂ ਨੂੰ ਵੀ ਆਪਾਂ ਕੁਝ ਕਰ ਸਕਦੇ ਹਾਂਗੇ ਪੇਰੈਂਟਸ ਪਹਿਲਾਂ ਵੀ ਮੈਨੂੰ ਕਹਿੰਦੇ ਹੁੰਦੇ ਸੀਗੇ ਵੀ ਤੂੰ ਵੀ ਆ ਮਹਿੰਗਾ ਤੁੱਲੇ ਤਲਿਆ ਵੀ ਪਰ ਕਿਵੇਂ ਚੱਲੂਗਾ ਤੇਰਾ ਬਟ ਮੈਂ ਉਹਨਾਂ ਨੂੰ ਸਾਬਿਤ ਕੀਤਾ ਮੈਂ ਰਾਤ ਰਾਤ ਨੂੰ ਮੇਲੇ ਵਿੱਚ ਵਰਕਸ਼ਾਪਸ ਲਗਾਈਆਂ ਮੈਂ ਮੇਲੇ ਵਿੱਚ ਆਪਣੀ ਪੇਂਟਿੰਗਸ ਵੇਚੀਆਂ ਜੋ ਮੇਰੀ ਪੇਂਟਿੰਗ ਸੈਲ ਵੀ ਹੋਈਆਂ ਫਿਰ ਉਹਦੇ ਥਰੂ ਮੈਂ ਆਪਣਾ ਹੋਰ ਮਟੀਰੀਅਲ ਖਰੀਦਿਆ ਹਾਂਜੀ ਹੁਣ ਕਿੱਥੇ ਕਿੱਥੇ ਪੈਂਡਿੰਗ ਥੋੜੀ ਜਾਂਦੀਆਂ ਨੇ ਫੋਰਨ ਵੀ ਪੈਂਡਿੰਗ ਜਾਂਦੀ ਥੋੜੀ ਪੈਕਿੰਗ ਦੇਖ ਰਿਆ ਸੀ ਮੈਂ ਫਿਰ ਕਿਸ ਤਰ੍ਹਾਂ ਇੰਸਟਾ ਵਗੈਰਾ ਤੇ ਦੀ ਐਡ ਕਰਦੇ ਹੋ ਕਿਵੇਂ ਕਰਦੇ ਹੋ ਸਰ ਇੰਸਟਾ ਤੇ ਮੇਰਾ ਪੇਜ ਹੈ sabir.arts ਦੇ ਨਾਮ ਉੱਤੇ ਤੇ ਮੈਂ ਰੀਲਸ ਵਗੈਰਾ ਵੀਡੀਓਸ ਵਗੈਰਾ ਬਣਾ ਕੇ ਪਾਣੇ ਆ ਹਲੇ ਵੀ ਮੈਂ ਇੰਨੀ ਫੇਮਸ ਤਾਂ ਨਹੀਂ ਹੋਈ ਕਿ ਵੀ ਮੇਰੇ ਫੋਰਨ ਤੋਂ ਵੀ ਮੇਰੇ ਆਣਗੇ ਮੈਂ ਹਲੇ ਬਸ ਸਿੰਪਲ ਜੀ ਬਸ ਕਰੇ ਆਪਣਾ ਸਟੂਡੀਓ ਬਣਾਇਆ ਹੋਇਆ ਹੈ ਤੇ ਬਾਕੀ ਬਠਿੰਡਾ ਮੈਨੂੰ ਜਾਣਦਾ ਹੈਗਾ ਬਠਿੰਡੇ ਤੋਂ ਮੈਨੂੰ ਕਮਿਸ਼ਨ ਵਰਕ ਆਉਂਦੇ ਆਗੇ ਹਾਂਜੀ ਸੋਚਿਆ ਗਿਆ ਸਾਬ ਯਾਨੀ ਕੀ ਕਰਨਾ ਹੈ ਕਿਥੋਂ ਤੱਕ ਪਹੁੰਚਣ ਦਾ ਸੁਪਨਾ ਸੋਚਿਆ ਹੈ ਹਾਲਾਂਕਿ ਤੁਸੀਂ ਦੱਸਿਆ ਸ਼ੁਰੂਆਤ ਦਾ ਜੇ ਅਪਰੋਕਸੀਮੇਟਲੀ ਸਾਲ ਹੋ ਤੁਹਾਨੂੰ ਕਰਦਿਆਂ ਨੂੰ ਹਾਂਜੀ ਹਾਂਜੀ ਮੈਨੂੰ ਸੀਰੀਅਸਲੀ 1 ਇਅਰ ਹੋ ਗਿਆ ਤੇ ਸਰ ਮੈਂ ਤਾਂ ਇਹ ਹੀ ਸੋਚਿਆ ਕਿ ਮੇਰੇ ਗਿਨੀਸ ਵਰਲਡ ਰਿਕਾਰਡ ਵਿੱਚ ਨਾਮ ਆਵੇ ਤੇ ਮੈਨੂੰ ਕੁਝ ਨੈਸ਼ਨਲ ਅਵਾਰਡ ਵਗੈਰਾ ਮਿਲੇ ਕਲਾ ਦੇ ਖੇਤਰ ਵਿੱਚੋਂ ਤੇ ਸਰ ਆਪਣੇ ਮੈਂ ਮੇਰੀ ਮਾਂ ਨੇ ਬਹੁਤ ਕੁਝ ਦੇਖ ਕੇ ਆਦਾ ਮੈਂ ਆਪਣੀ ਮਾਂ ਨੂੰ ਇੱਕ ਅੱਛੀ ਲਾਈਫ ਸਟਾਈਲ ਦੇਣਾ ਚਾਹੁੰਦੀ ਆ ਮੇਰੀ ਸਿਸਟਰ ਬਹੁਤ ਮਿਹਨਤ ਕਰਦੀ ਹੈ ਯੂਪੀਐਸਸੀ ਦੀ ਸਟੱਡੀ ਕਰ ਰਹੀ ਹੈ ਮੇਰਾ ਬ੍ਰਦਰ ਬਹੁਤ ਮਿਹਨਤ ਕਰਦਾ ਹੈ ਮੇਰੇ ਫਾਦਰ ਰੋਜ਼ ਥੱਕ ਕੇ ਆਉਂਦੇ ਤੇ ਮੈਂ ਚਾਹੁੰਦੀ ਆ ਕਿ ਮੇਰੇ ਪੇਰੈਂਟਸ ਨੂੰ ਮੈਂ ਇੱਕ ਅੱਛੀ ਲਾਈਫ ਦਵਾ ਤੇ ਮੇਰਾ ਬਸ ਇਹ ਹੀ ਸੁਪਨਾ ਹੈਗਾ ਕਿ ਮੈਂ ਵੀ ਮੇਰਾ ਵੀ ਨਾਮ ਹੋਵੇ ਮੇਰਾ ਵੀ ਫੇਮ ਹੋਵੇ ਕਿਸ ਤਰ੍ਹਾਂ ਤਸਵੀਰਾਂ ਇਸ ਤੋਂ ਪਹਿਲਾਂ ਬਣਾ ਚੁੱਕੇ ਹੋ ਜਿਸ ਤਰ੍ਹਾਂ ਬੁੱਧੀ ਦੀ ਤਸਵੀਰ ਨਜ਼ਰ ਆ ਰਹੀ ਹੈ ਬਾਬੇ ਨਾਨਕ ਦੀ ਆਰੀ ਤੁਹਾਡੀ ਖੁਦ ਦੀ ਤਸਵੀਰ ਸਾਹਮਣੇ ਨਜ਼ਰ ਆਈ ਕਿਸ ਤਰ੍ਹਾਂ ਤਸਵੀ ਸਰ ਮੈਂ ਬਸ ਸ਼ੁਰੂ ਤੋਂ ਜਿਵੇਂ ਮੈਥ ਨੂੰ ਸ਼ੋਅ ਕਰਦਣੀ ਹੈ ਕੁਝ ਮੈਂ ਸ਼ੁਰੂ ਤੋਂ ਬਣਾਇਆ ਬਿਲਕੁਲ ਤਸਵੀਰਾਂ ਨਹੀਂ ਇਸ ਤਰ੍ਹਾਂ ਦੀਆਂ ਤਸਵੀਰਾਂ ਇਸ ਬੇਟੀ ਨੇ ਬਣਾਈਆਂ ਨੇ ਤੁਸੀਂ ਵੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਕਿ ਇਸ ਤਰ੍ਹਾਂ ਦੀਆਂ ਛੋਟੀਆਂ-ਛੋਟੀਆਂ ਤਸਵੀਰਾਂ ਨੇ ਜਿਨ੍ਹਾਂ ਤਸਵੀਰਾਂ ਨੂੰ ਇਹ ਬਲੈਕ ਐਂਡ ਵਾਈਟ ਤਸਵੀਰ ਹੈ ਇਹਨਾਂ ਦੇ ਵਿੱਚ ਰੰਗ ਭਰਦੀ ਨਜ਼ਰ ਆ ਰਹੀ ਹੈ ਇਹ ਬੇਟੀ ਔਰ ਕਿਤੇ ਨਾ ਕਿਤੇ ਜਾ ਕੇ ਬੇਸ਼ੱਕ ਕਹਿੰਦੇ ਆ ਕਿ ਇਹ ਸਾਡੀ ਸ਼ੁਰੂਆਤ ਹੈ ਪਰ ਸ਼ੁਰੂਆਤ ਅੱਗੇ ਕਿਸ ਤਰ੍ਹਾਂ ਦਾ ਰੰਗ ਲਿਆਉਂਦੀ ਹੈ ਇਹ ਕਿਤਨਾ ਕਿਤੇ ਇਸ ਬੇਟੀ ਦੀਆਂ ਅੱਖਾਂ ਦੇ ਵਿੱਚ ਨਜ਼ਰ ਆ ਰਹੀ ਹੈ ਔਰ ਕਹਿ ਰਹੀ ਹੈ ਕਿ ਮੈਂ ਉਹ ਮਕਾਮ ਹਾਸਲ ਕਰਨਾ ਚਾਹੁੰਦੀ ਹੈ ਜਿਹੜਾ ਮਕਾਮ ਪੰਜਾਬ ਦੇ ਵਿੱਚ ਇਹਨਾਂ ਦਾ ਨਾਂ ਹੋਵੇ ਦੇਸ਼ ਦੇ ਵਿੱਚ ਨਾ ਹੋਵੇ ਇਹਨਾਂ ਦੇ ਬ੍ਰਦਰ ਨਿਊ ਸਟੱਡੀ ਕਰ ਰਹੇ ਨੇ ਸਿਸਟਰ ਪੜ੍ਹਾਈ ਕਰ ਰਹੀ ਹੈ ਮਾਤਾ ਪਿਤਾ ਮਿਹਨਤ ਕਰਦੇ ਨੇ ਔਰ ਕਿਤਨਾ ਕਿਤੇ ਜਾ ਕੇ ਬੇਟੀ ਨੂੰ ਆਪਦੇ ਹੁਨਰ ਤੇ ਮਾਣ ਔਰ ਕਹਿ ਰਹੀ ਹੈ ਕਿ ਮੈਂ ਪੰਜਾਬ ਦੇ ਵਿੱਚ ਮੇਰਾ ਨਾਂ ਹੋਵੇ ਗਿਨੀ ਬੁੱਕ ਆਫ ਵਰਡ ਦੇ ਵਿੱਚ ਮੇਰਾ ਨਾਂ ਦਰਜ ਹੋਵੇ ਔਰ ਇਹ ਸਟੱਡੀ ਦੇ ਨਾਲ ਨਾਲ ਪੇਂਟਿੰਗ ਹੈ ਉਹ ਪਟੰਡਾ ਦੀ ਬੇਟੀ ਬਣਾਉਂਦੀ ਹੋਈ ਨਜ਼ਰ ਆ ਰਹੀ ਹੈ ਪਟੰਡਾ ਤੋਂ ਸੂਰਜਪਾਲ ਨਿਊਜ਼ 18 ਪੰਜਾਬ